ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਅਦ ਇਹ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ 15 ਸਾਲਾਂ ਵਿੱਚ ਪਹਿਲੀ ਵਾਰ ਇਹ ਸਰਕਾਰ ਨੇ ਅਗਲੇ ਸਾਲ ਮਾਰਚ ਤੱਕ ਕਣਕ ਦੇ ਭੰਡਾਰਨ ਦੀ ਹੱਦ ਲਾਗੂ ਕੀਤੀ ਕਣਕ ਦੀਆਂ ਵਧੀਆਂ ਕੀਮਤਾਂ ਤੇ ਲਗਾਮ ਕੱਸਣ ਲਈ ਸਰਕਾਰ ਨੇ 15 ਸਾਲਾਂ ਬਾਅਦ ਪਹਿਲੀ ਵਾਰੀ ਸੋਮਵਾਰ ਨੂੰ ਮਾਰਚ 2024 ਤੱਕ ਤਰਤ ਅਸਰ ਤੋਂ ਕਣਕ ਦੇ ਭੰਡਾਰਨ ਹੱਦ ਲਾਗੂ ਕਰ ਦਿੱਤੀ ਗਈ ਤੇ ਸਰਕਾਰ ਨੇ ਖੁੱਲ੍ਹਾ ਬਾਜ਼ਾਰ ਵਿਕਰੀ ਜੋ ਇਹਨਾਂ ਦੇ ਤਹਿਤ ਪਹਿਲੇ ਪੜਾਅ ਦੇ ਵਿੱਚ ਕੇਂਦਰੀ ਪੂਲ ਤੋਂ ਥੋਕਾ ਖਪਤਕਰਾਂ ਤੇ ਵਪਾਰੀਆਂ ਨੂੰ 15 ਲੱਖ ਟਨ ਕਣਕ ਦਾ ਵੇਚਣ ਦਾ ਫੈਸਲਾ ਕੀਤਾ ਤੇ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਪਿਛਲੇ ਮਹੀਨੇ ਦੇ ਵਿੱਚ ਕਣਕ ਦੀਆਂ ਕਣਕਾਂ ਦੇ ਵਿੱਚ ਤੇਜ਼ੀ ਆਈ ਹੈ ਤੇ ਮੰਡੀ ਪੱਧਰ ਤੇ ਕੀਮਤਾਂ ਵਿੱਚ ਲਗਭਗ 8 ਫੀਸਦੀ ਦਾ ਵਾਧਾ ਹੋਇਆ ਹੈ ਹਾਲਾਂਕਿ ਥੋਕਤ ਤੇ ਪਰਚੂਨਾ ਕੀਮਤਾਂ ਦੇ ਵਿੱਚ ਇੰਨਾ ਵਾਧਾ ਨਹੀਂ ਹੋਇਆ ਪਰ ਸਰਕਾਰ ਨੇ ਕਣਕ ਤੇ ਸਟਾਕ ਹੱਦ ਲਾਗੂ ਕਰ ਦਿੱਤੀ ਹੈ ਆਧਾਰ ਕਾਰਡ ਸੰਬੰਧੀ ਆਇਆ ਵੱਡਾ ਅਪਡੇਟ ਹੁਣੇ ਜਾਣ ਲਓ ਆਧਾਰ ਕਾਰਡ ਸੰਬੰਧੀ ਅਪਡੇਟ ਨਿਕਲ ਕੇ ਸਾਹਮਣੇ ਆਇਆ ਆਧਾਰ ਸਾਡਾ ਉਹ ਦਸਤਾਵੇਜ਼ ਆ ਬਣ ਗਿਆ ਜਿਸ ਤੋਂ ਬਿਨਾ ਕੋਈ ਵੀ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ ਜਨੀਆਂ ਵੀ ਸਰਕਾਰੀ ਸਕੀਮਾਂ ਮਿਲਦਗਾਨ ਜਿਵੇਂ ਕਿ ਪੈਨਸ਼ਨ ਰਾਸ਼ਨ ਕਾਰਡ ਬੱਚਿਆਂ ਨੂੰ ਮਿਲਣ ਵਾਲਾ ਵਿਜੀਪਾ ਜਾਂ ਕੋਈ ਬੈਂਕ ਟ੍ਰਾਂਜੈਕਸ਼ਨ ਸਭ ਸਹੂਲਤਾਂ ਦੇ ਲਈ ਆਧਾਰ ਕਾਰਡ ਦਾ ਹੋਣਾ ਜ਼ਰੂਰੀ ਹੋ ਗਿਆ ਤੇ ਇਸ ਦਰਾਂ ਸਰਸਾਦੇ ਡੈਪਟੀ ਕਮਿਸ਼ਨਰ 파ਰਥ ਗਪਤਾ ਨੇ ਆਮ ਲੋਕਾਂ ਨੂੰ 8 ਤੋਂ 10 ਸਾਲ ਪਹਿਲਾਂ ਬਣੇ ਹੋਏ ਆਧਾਰ ਕਾਰਡ ਨੂੰ ਅਪਡੇਟ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਦੱਸਿਆ ਹੈ ਕਿ 14 ਜੂਨ ਤੱਕ ਆਧਾਰ ਕਾਰਡ ਅਪਡੇਟ ਕਰਨ ਦਾ ਕੰਮ ਮੁਆਫਤਕ ਕੀਤਾ ਜਾ ਰਿਹਾ ਤੇ ਆਧਾਰ ਕਾਰਡ ਧਾਰਕਾਂ ਨੂੰ ਆਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰਨ ਲਈ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਹ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸ੍ਰੀ ਹਰਮੰਦਰ ਸਾਹਿਬਾ ਨੇੜੇ ਤਾਇਨਾਤ ਕਮਾਂਡੋ ਫੋਰਸ ਪੂਰੀ ਤੰਦੇਹੀ ਦੇ ਨਾਲ ਨਿਭਾਰੇ ਆਪਣੀ ਡਿਊਟੀ। ਤਾਂ ਦੋਸਤੋ ਗੁਰੂ ਨਗਰੀ ਦੇ ਬੈਚ ਹੈ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਪਿਛਲੇ ਦਿਨੀ ਹੋਏ ਤਿੰਨ ਸਮਾਗਾਂ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਕਾਫੀ ਚੌਕਸੀ ਵਰਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਪੁਲਿਸ ਦੀ ਤੇਜ਼ ਰਫਤਾਰ ਗੱਡੀ ਜਿਸ ਵਿੱਚ ਕਮਾਂਡੋ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਹਨ ਤੇ ਵੱਲੋਂ ਸ਼ਹਿਰ ਦੇ ਸਮੂਹ ਲੋਕਾਂ ਨੂੰ ਮੌਖਾ ਧਾਰਮਿਕ ਸਥਾਨਾ ਸ੍ਰੀ ਹਰਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ, ਮਾਤਾ ਲਾਲ ਦੇਵੀ ਮੰਦਿਰ ਅਤੇ ਹੋਰ ਧਾਰਮਿਕ ਸਥਾਨਾਂ ਤੇ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਹਦੇ ਤਹਿਤ ਅਕਤ ਦੰਗਾ ਵਿਰੋਧੀ 92 ਹਰਥਾਂ ਤੇ 2 ਘੰਟੇ ਤਾਇਨਾਤ ਕੀਤਾ ਗਿਆ ਹੈ। ਅਗਲੀ ਖਬਰ ਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 15 16 ਤੇ 17 ਜੂਨ ਨੂੰ ਭਾਰੀ ਮੀਂਹ ਤੂਫਾਨ ਦਾ ਅਲਰਟ ਜਾਰੀ। ਤਾਂ ਦੋਸਤੋ ਪੰਜਾਬ ਹਰਿਆਣਾ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਮੀਂਹ ਦੇ ਨਾਲ ਮੌਸਮਾ ਸਹਾਵਨਾ ਹੋਵੇਗਾ ਪਿਛਲੇ 24 ਘੰਟਿਆਂ ਦੇ ਦੌਰਾਨ ਨਵੇਂ ਵਧਨ ਦੇ ਕਾਰਨ ਗਰਮੀ ਵੱਧ ਚੁੱਕਿਆ ਪਰ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਮੌਸਮਾ ਸੁਹਾਵਣਾ ਰਹੇਗਾ ਮੌਸਮ ਵਿਭਾਗ ਦੇ ਡਾਇਰੈਕਟਰ ਅਮਨ ਮੋਨਾ ਸੰਗਨੇ ਇਹ ਜਾਣਕਾਰੀ ਦੁੱਤੇ ਆਉਣ ਵਾਲੇ 15 16 ਤੇ 17 ਜੂਨ ਨੂੰ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਮੌਸਮਾ ਸੁਹਾਵਣਾ ਰਹੇਗਾ ਤੇਜ਼ ਰਫਤਾਰਾ ਟਰੱਕ ਨੇ ਕਾਰ ਨੂੰ ਮਾਰੀ ਟੱਕਰ ਕਾਰ ਦੇ ਵਿੱਚ ਸਵਾਰ ਜੋੜੇ ਦੀ ਮੌਤ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਪਰਿਵਾਰ ਤਾਂ ਦੋਸਤੋ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਕਾਰ ਸਵਾਰ ਦੇ ਪਰਿਵਾਰ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਕਾਰ ਸਵਾਰ ਜੁੜੇ ਦੀ ਮੌਤ ਹੋ ਗਈ ਅਤੇ ਸਮਾਨ ਦੇ ਬੱਚਾ ਟਰੱਕ ਦੇ ਵੱਲੋਂ ਕਾਰ ਨੂੰ ਟੱਕਰ ਮਾਰਨ ਅਤੇ ਕਾਰ ਸਵਾਰ ਪਤੀ ਪਤਨੀ ਦੀ ਮੌਤ ਹੋਣ ਦੇ ਦੋਸ਼ ਵਿੱਚ ਥਾਣਾ ਝਾਟੀ ਬੈਂਡ ਦੇ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਕਲਾਸਾ ਕੋਲਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚਾ ਵੱਧਾ ਪ੍ਰਕਾਸ਼ ਸਿੰਘ ਵਾਸੀ ਚੱਕ ਟਾਲੇ ਥਾਣਾ ਜਲਾਲਾਬਾਦ ਜ਼ਿਲ੍ਹਾ ਫਾਜਲਕਣ ਦੱਸਾ ਹੈ ਕਿ ਉਹ ਆਪਣੇ ਭਰਾ ਕੁਲਵਿੰਦਰ ਸਿੰਘ ਅਤੇ ਭਾਬੀ ਸਰਜੀਤ Kaur ਅਤੇ ਬੱਚਿਆਂ ਆਰਮਦੀਪ ਸਿੰਘ ਅਤੇ ਲੜਕੇ ਜਸਪੀਤ Kaur ਅਤੇ ਨਵਲਦੇਪ ਐ ਸ਼ਨੀਵਾਰ ਸ਼ਾਮ ਨੂੰ ਕਾਰ ਦੇ ਵਿੱਚ ਸਵਾਰ ਹੋ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਤੇ ਉਹ ਕਾਰ ਚਲਾ ਰਹੇ ਤੇ ਉਹਦਾ ਭਰਾ ਉਹਦੇ ਨਾਲ ਵਾਲੀ ਸੀਟ ਤੇ ਬੈਠਾ ਤੇ ਪਿਛਲੀਆਂ ਸੀਟਾਂ ਤੇ ਬੱਚੇ ਤੇ ਪਰਜਾਈ ਬੈਠੇ ਸੰਤ ਜਦੋਂ ਉਹ ਕਾਰ ਰਾਤ तकरीबन 11 ਵਜੇ ਮਾਨਾ ਵਾਲਾ ਨੇੜੇ ਪਹੁੰਚੇ ਤਾਂ ਤੇਰ ਅਵਤਾਰ ਟਰੱਕ ਚਾਲਕ ਨੇ ਉਹਨਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਿਆ ਅਤੇ ਹਾਦਸੇ ਦੌਰਾਨ ਉਹਦਾ ਭਰਾ ਤੇ ਪਰਜਾਈ ਦੀ ਮੌਕੇ ਤੇ ਮੌਤ ਹੋ ਗਈ। ਅਗਲੀ ਵੱਡੀ ਖਬਰ ਸਰਕਾਰ ਤੇ ਰੋਡਵੇਜ ਜੂਨੀਅਨ ਮੋੜ ਅਮਨੋ ਸਾਹਮਣੇ ਵੀ ਜੋਨ ਨੂੰ ਚੱਕਾ ਜਾਮ हां दोस्तों पंजाब सरकार ਅਤੇ ਪੰਜਾਬ ਰੋਡਵੇਜ ਆ ਪੀਆਰਟੀ ਸੀ ਮੁਲਾਜ਼ਮ ਇੱਕ ਵਾਰ ਫਿਰ ਅਮਨ ਸਾਹਮਣੇ ਹੋ ਗਏ ਹਨ ਤੇ ਕਰਮਚਾਰੀ ਪੀਆਰਟੀ ਸ੍ਰਿਵੈਚ ਕਿਲੋਮੀਟਰ ਸਕਿਮ ਦੇ ਬੈਚਾ ਪ੍ਰਾਈਵੇਟ ਸੈਕਟਰ ਮਾਲਕਾਂ ਦੇ ਲਈ ਮੰਗੇ ਗਏ ਟੈਂਡਰ ਨੂੰ ਰੱਦ ਕਰਨ ਦੇ ਲਈ ਅੜੇ ਹੋਏ ਹਨ ਪਰ ਪੀਆਰਟੀ ਸਿ ਵਿਭਾਗ ਨੇ 20 ਜੂਨ ਨੂੰ ਟੈਂਡਰਾਂ ਖੁੱਲਣ ਦਾ ਸਮਾਂ ਤੈਅ ਕੀਤਾ ਹੈ ਤੇ ਰੋਡਵੇਜ ਪੀਆਰਟੀ ਸੇ ਕੰਟਰੈਕਟ ਆ ਵਰਕਰਾਂ ਜੂਨੀਅਨ ਨੇ ਸੋਭਾ ਨੂੰ ਚੰਡੀਗੜ੍ਹ ਦੇ ਬੈਚ ਸੁਬਾਹ ਮੀਟਿੰਗ ਕਰਕੇ ਬੀ ਜੂਨ ਨੂੰ ਚੱਕਾ ਜਮ ਕਰਨ ਦਾ ਵੱਡਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ 19 ਜੂਨ ਨੂੰ ਮੌਕਾ ਦਾਫਤਰ ਦਾ ਘਰਾਓ ਕੀਤਾ ਜਾਵੇਗਾ ਜੂਨ ਦਾ ਦੋਸ਼ਾ ਕੇ ਭਰੋਸੇ ਤੋਂ ਬਾਅਦ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਡਿਫਾਲਟ ਨੂੰ ਵੀ ਮਿਲ ਸਕੇਗਾ ਕਰਜ਼ਾ ਆਰਬੀ ਦੇ ਫੈਸਲੇ ਦਾ ਆਮ ਆਦਮੀ ਨੂੰ ਮਿਲੇਗਾ ਫਾਇਦਾ ਤਾਂ ਦੋਸਤੋ ਜੇ ਤੁਸੀਂ ਕਿਸ ਨਾ ਕਿਸੇ ਕਾਰਨ ਬੈਂਕ ਲੋਨਾਂ ਡਿਫਾਲਟ ਦੇ ਕੈਟਾਗਰੀ ਦੇ ਵਿੱਚ ਆ ਗਏ ਹੋ ਤਾਂ ਰਿਜ਼ਰਵ ਬੈਂਕ ਆਫ ਇੰਡੀਆ जानके आरबीआई ਦੇ ਵੱਲੋਂ ਕਾਫੀ ਰਾਹਤ ਦੀ ਖਬਰ ਹੈ ਹੁਣ ਅਜਾਹੇ ਡਿਫਾਲਟਰਾਂ ਦੇ ਨਾਲ ਬੈਂਕਾਂ ਗੱਲ ਕਰਕੇ ਸੈਟਲਮੈਂਟ ਕਰਨਗੇ ਤੇ 12 ਮਹੀਨਿਆਂ ਦਾ ਸਮਾਂ ਦੇ ਕੇ ਆਪਣਾ ਪੈਸਾ ਕਢਣਗੇ ਤੇ ਉਸ ਤੋਂ ਬਾਅਦ ਜੇ ਉਹ ਵਿਅਕਤੀ ਲੋਣਾ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਸੈਟਲਮੈਂਟ ਦੀ ਰਕਮ ਡਿਪੋਜ਼ਿਟ ਕਰਵਾਉਣ ਤੋਂ ਬਾਅਦ ਮੁੜ ਕਰਜ਼ਾ ਮਿਲ ਸਕੇਗਾ ਤੇ ਅਸਲ ਦੇ ਵਿੱਚ ਕੋਵਰਡ ਦਰਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਡਿਫਾਲਟਰਾਂ ਹੁਣ ਤੋ ਬਚਨ ਦੇ ਲਈ ਮੈਰਾ ਟੋਰੀਅਮ ਦਾ ਐਲਾਨ ਕੀਤਾ ਸੀ ਲੁਧਿਆਣਾ ਲੁੱਟ ਮਾਮਲਾ ਜੈਸ ਅਲਮਾਰੀ ਦੇ ਵਿੱਚੋਂ ਪੈਸੇ ਲੁੱਟੇ ਗਏ ਤੇ ਉੱਥੇ ਹੀ ਪਈਆਂ ਸਨ 24 ਰਾਈਫਲਾਂ ਅੰਜਾਮ ਹੋ ਸਕਦਾ ਸੀ ਬਹੁਤ ਹੀ ਖਤਰਨਾਕ ਤਾਂ ਦੋਸਤੋ ਲੁਧਰਨ ਬੈਚ ਐ ਕੈਸ਼ ਬੈਨ ਵਿੱਚੋਂ ਪੈਸੇ ਲੁੱਟਣ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੈਸਿਆਂ ਦੇ ਲੁੱਟਾ ਬੈਂਕ ਵਿੱਚੋਂ ਨਹੀਂ ਏਜੰਸੀ ਦੇ ਵਿੱਚੋਂ ਹੀ ਹੋਈ ਸੀ ਤੇ ਏਜੰਸੀ ਦੇ ਵਿੱਚ ਪਈਆਂ ਅਲਮਾਰੀਆਂ ਦੇ ਵਿੱਚ ਕੈਸ਼ ਲੁੱਟਿਆ ਗਿਆ ਹੈ। ਇਹਦੇ ਨਾਲ ਹੀ ਇੱਕ ਹੋਰ ਬੇਹਰਾਨੀ ਜਾਣਕ ਮਾਮਲਾ ਸਾਹਮਣੇ ਆਇਆ ਤੇ ਜਿੰਨਾਂ ਅਲਮਾਰੀਆਂ ਦੇ ਵਿੱਚ ਲਗਭਗ 8.5 ਕਰੋੜ ਰੁਪਏ ਦੇ ਲੋਟਾ ਕੀਤੇ ਗਿਆ ਤੇ ਉੱਥੇ 24 ਰਾਈਫਲਾਂ ਵੀ ਪਈਆਂ ਸੰਤੇ ਜਿਨ੍ਹਾਂ ਨੂੰ ਲੁਟੇਰਾਂ ਨੇ ਛੇੜਿਆ ਤੱਕ ਨਹੀਂ ਤੇ ਕੈਸ਼ ਬੈਂਕ ਦੇ ਸਕਿਉਰਿਟੀ ਗਾਰਡਨ ਤੇ ਉੱਤੇ ਵੀ ਸ਼ਾਕਤਾਂ ਸੁngਾਂ ਕਮ ਰਹੀਆਂ ਹਨ ਤੇ ਇਸ ਤੋਂ ਵੀ ਪੁੱਛ ਗਿਆ ਚੱਕੀ ਤੇ ਜਾਰੀ ਹੈ ਤੇ ਫਿਲਹਾਲ ਪੁਲਿਸ ਵੱਡੇ ਪੱਦਰ ਦੇ ਉੱਤੇ ਇਸ ਮਾਮਲੇ ਵਿੱਚ ਆਪਣੀਆਂ ਟੀਮਾਂ ਬਣਾ ਕੇ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਪੜਤਾਲ ਕਰ ਰਹੀਆਂ ਹਨ ਹਾਈ ਕੋਰਟ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਨੋਟਿਸ ਕੀਤਾ ਜਾਰੀ ਤਾਂ ਦੋਸਤੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਲੀ ਕਟੜਾ ਐਕਸਪ੍ਰੈਸ ਦੇ ਨਿਰਮਾਣ ਕਾਰਜਾਂ ਤੇ ਰੋਕਾ ਲੈਣ ਤੋਂ ਇਨਕਾਰ ਕੀਤੇ ਜਾਣ ਤੋਂ ਇੱਕ ਹਫ਼ਤੇ ਬਾਅਦ ਦੂਜੇ ਬੈਚ ਨੇ ਮਿੱਤੇ ਦਾਨਕ ਹੋਰਾਂ ਪਟੀਸ਼ਨ ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਪਟੀਸ਼ਨਰਾਂ ਦੀ ਮੰਗ ਅਦਾਲਤ ਨੂੰ ਜਾਇਜ਼ ਲੱਗਦੀ ਹੈ ਤੇ ਅਦਾਲਤ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਾਲਬ ਕੀਤਾ ਹੈ ਅਤੇ ਪੁੱਛਿਆ ਹੈ ਕਿ 40000 ਕਰੋੜ ਰੁਪਏ ਦੇ ਦਿੱਲੀ ਕਾਟੜਾ ਐਕਸਪ੍ਰੈਸ ਵੇ ਦੇ ਨਿਰਮਾਣ ਤੇ ਰੋਕ ਕਿਉਂ ਨਾ ਲਗਾਈ ਜਾਵੇ ਇਸ ਤੋਂ ਪਹਿਲਾਂ 5 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਸਿਰਫ ਇੱਕ ਘਰ ਦੇ ਚਾਰ ਦੁਬਾਰੇ ਦੇ ਮੁਆਵਜ਼ੇ ਦੇ ਲਈ 40000 ਕਰੋੜ ਰੁਪਏ ਦੇ ਜਨਹਿਤਾ ਪ੍ਰੋਜੈਕਟ ਤੇ ਰੋਕਾ ਲਗਾਉਣਾ ਬੇਅਨੁਸਾਫੀ ਹੋਵੇਗੀ ਪਾਵਰਕਾਮ ਦੇ ਮੌਖਾ ਦਫ਼ਤਰ ਦੇ ਅੱਗੇ ਮਰਨਾ ਭਾਰਤ ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਜ਼ਬਰੀ ਚੁੱਕਿਆ ਤਾਂ ਉਸ ਤੋਂ ਪਾਵਰਕਾਮ ਦੇ ਮੌਖਾ ਦਫ਼ਤਰ ਦੇ ਅੱਗੇ ਧਰਨੇ ਸਮੇਤ ਮਰਨਾ ਭਾਰਤ ਤੇ ਬੈਠੇ ਕਿਸਾਨਾਂ ਆਗੂ ਨੂੰ ਆ ਜਾ ਤੜਕ ਸਾਰਾ ਪੁਲਿਸ ਨੇ ਜ਼ਬਰੀ ਚੁੱਕ ਲਿਆ ਅਤੇ ਧਰਨੇ ਵਾਲੀ ਥਾਂ ਖਾਲੀ ਕਰਵਾ ਦਿੱਤੀ ਹੈ ਐਸ ਦਰਾਨ ਪਾਵੇਂ ਕਿਸਾਨ ਆਗੂਆਂ ਦੇ ਬੋਲੋ ਐਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਪੁਲਿਸ ਦੇ ਬੋਲੋ ਜਬਰੇ ਕਿਸਾਨ ਆਗੂਆਂ ਨੂੰ ਵਸਣ ਦੇ ਵਿਚ ਡੱਕ ਕੇ ਵੱਖ-ਵੱਖ ਥਾਣਿਆਂ ਦੇ ਵਿਚ ਲੈ ਗਈ ਦੱਸਣ ਜੋਗ ਹੈ ਕਿ ਬੀਤੇ ਕੱਲ ਤੋਂ ਇਹ ਸ਼ੰਕਾ ਜਿਤਾਈ ਜਾ ਰਹੀ ਸੀ ਕਿ ਪੁਲਿਸ ਕਿਸਾਨਾਂ ਤੇ ਕਿਸੇ ਵੀ ਵੇਲੇ ਵੀ ਐਕਸ਼ਨ ਕਰ ਸਕਦੇ ਹੈ ਸੁੱਤੇ ਪਏ ਪਰਿਵਾਰ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਪਤੀ ਦਾ ਕਤਲ ਪਤਨੀ ਨੂੰ ਕੀਤਾ ਜ਼ਖਮੀ ਤਾਂ ਦੋਸਤੋ ਵੱਡੀ ਖਬਰ ਆ ਚੁੱਕੀ ਆ ਬੀਤੇ ਦੇਰਾਂਤ ਬਲਾਕ ਮਖੂਦੇ ਪੰਡਾ ਮਨੂਮਾਸੀ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਸੁੱਤੇ ਪਏ ਪਰਿਵਾਰ ਵਾਲਿਆਂ ਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਵਿਅਕਤੀ ਦਾ ਕਤਲ ਤੇ ਉਹਦੀ ਪਤਨੀ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ ਜਾਣਕਾਰ ਦੇ ਅਨੁਸਾਰ ਬੀਤੇ ਦੇਰਾਂਤ ਜਸਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪੰਡਾ ਮਨੂਮਾਸੀ ਤੇ ਅਹਦੇ ਪਤਨੀ ਕ੍ਰਿਸ਼ਨਾ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਬਲੋ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਜਸਵਿੰਦਰ ਸਿੰਘਾ ਤੇ ਅਹਦੇ ਪਤਨੀ ਕ੍ਰਿਸ਼ਨਾ ਨੂੰ ਇਲਾਜ ਦੇ ਲਈ ਸਿਬਲਾ ਹਸਪਤਾਲ ਮਕੂ ਬੇਖੇ ਲਿਆਂਦਾ ਗਿਆ ਤੇ ਜਿੱਥੇ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਤੇ ਉਹਦੀ ਪਤਨੀ ਕ੍ਰਿਸ਼ਨਾ ਦਾ ਇਲਾਜ ਚੱਲ ਰਿਹਾ ਤੇ ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਚੰਡੀਗੜ੍ਹ ਮਾਰਕ ਜਾਮ ਕਾਂ ਦੋਸਤੋ ਸੂਰਜਮੁਖੀ ਦੇ ਫਸਲ ਤੇ ਕਟੋ ਘਾਟ ਸਮਰਥਨ ਮੁੱਲ ਐਮ ਐਸ ਪੀ ਦੇ ਮੰਗ ਕਰ ਰਹੇ ਕਿਸਾਨਾਂ ਨੇ ਸੋਮਵਾਰ ਪਿਪਲੀ ਨੇੜੇ ਦਲੀ ਚੰਡੀਗੜ੍ਹ ਮੋਕਾ ਮਾਰਗ ਜਾਮ ਕਰ ਦਿੱਤਾ ਅਤੇ ਐਮ ਐਸ ਪੀ ਤੇ ਖਰੀਦ ਅਜ ਕੀਨੀ ਨਾ ਬਣਾਉਂਦੇ ਸੂਰਤ ਵੇਚ ਐ ਸੜਕਾਂ ਦੇ ਉੱਤੇ ਉਤਰਨ ਦੀ ਚੇਤਾਵਨੀ ਦਿੱਤੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਹੋਰ ਅਗਵਾਂਡੇ ਸੁਭਿਆ ਨੇ ਕਿਸਾਨ ਆਗੂ ਮਹਾ ਪੰਚਾਇਤ ਦਲੀ ਪਿਪਲੇ ਦੇ ਅਨਾਜ ਮੰਡੀ ਵਿੱਚ ਇਕੱਠੇ ਹੋਏ ਸਨ ਐਸਾ ਮਹਾਪੰਚਾਇਤਾਂ ਵੈਚਾ ਪਲਵਾਨ ਬਜਰੰਗ ਪੁਨੀਆ ਤੇ ਕਿਸਾਨਾ ਗੁਰਕੇਸ਼ ਛਟਕਤ ਵੀ ਸ਼ਾਮਲ ਹੋਇਆ ਤੇ ਟਕੈਤ ਨੇ ਚੇਤਾਵਨੀ ਦਿੱਤੀ ਆ ਕਿ ਸਰਕਾਰ ਕੋਮੇ ਮਾਰਗ ਜਾਮ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਿਸਾਨਾਂ ਆਗੂ ਨੂੰ ਰਿਹਾ ਕਰ ਤੇ ਐਮਐਸਪੀ ਯਕੀਨੀ ਬਣਾਵੇ ਨਹੀਂ ਤਾਂ ਦੇਸ਼ ਦਾ ਪਦਰ ਤੇ ਕਿਸਾਨ ਅੰਦੋਲਨ ਵਿੱਡਾ ਜਾਵੇਗਾ ਤੇ ਕਿਸਾਨ ਆਗੂ ਸੁਰੇਸ਼ ਕਾਥ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਿਆ ਤੇ ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ ਕਿਸਾਨ ਸੰਘਰਸ਼ ਦੇ ਅਗਲੇ ਰਣਨੇ ਤੇ ਬਣਾਉਣਗੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਪੱਤਾ 10000 ਰੁਪਏ ਤੋਂ ਵਧਾ ਕੇ 13000 ਰੁਪਏ ਕੀਤਾ ਤਾਂ ਦੋਸਤੋ 12 ਜੂਨ ਨੂੰ ਮਧ ਪ੍ਰਦੇਸ਼ ਦੇ ਵਿੱਚ ਹੁਣ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਪੱਤਾ 10000 ਰੁਪਏ ਤੋਂ ਵਧਾ ਕੇ 13000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਸਹਾਇਕ ਦਾ ਮਾਣ ਪੱਤਾ 5000 ਤੋਂ ਵਧਾ ਕੇ 6500 ਰੁਪਏ ਤੱਕ ਕਰ ਦਿੱਤਾ ਗਿਆ ਤੇ ਦੋਵਾਂ ਦੇ ਮਾਸਿਕ ਮਾਨ ਪੱਤੇ ਵਿੱਚ ਹਰ ਸਾਲ ਇੱਕ ਇੱਕ 1000 ਰੁਪਏ ਦਾ ਵਾਅਦਾ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਲਾਡਲੀ ਬਹਿਣਾ ਜੋ ਇਹਨਾਂ ਦਾ ਲਾਭ ਇਹ ਮਿਲੇਗਾ